ਜਿਵੇਂ ਕਿ ਉਹਨਾਂ ਵੱਲੋਂ ਲੜਕੇ ਅਤੇ ਲੜਕੀਆਂ ਨੂੰ ਇਹਦੇ ਵਿੱਚ ਭੇਜਿਆ ਜਾ ਰਿਹਾ ਹੈ। ਇੱਥੇ ਸ਼ਰਾਬ ਵੀ ਲੈ ਕੇ ਪੁਲਿਸ ਮੁਲਾਜ਼ਮ ਜਿਹੜੇ ਸੀ ਮੋਟਰਸਾਈਕਲਾਂ ਤੇ ਆਏ ਪਰ ਭੱਜ ਗਏ ਔਰ ਸ਼ੱਕ ਹੋਣ ਤੇ ਉਹ ਨੌਜਵਾਨ ਸਾਡੇ ਕੋਲ ਉਹਨਾਂ ਨੂੰ ਪਹੁੰਚਾਉਂਦੇ ਆ ਔਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਉਹ ਦੱਸਦੇ ਨੇ ਉਹ ਐਡੇ ਖਤਰਨਾਕ ਉਹਨਾਂ ਦੇ ਮਨਸੂਬੇ ਨੇ ਉਹ ਮੈਂ ਸਾਰੇ ਡਿਟੇਲ ਦੇ ਵਿੱਚ ਇੱਥੋਂ ਦੱਸ ਨਹੀਂ ਸਕਦਾ ਕਿ ਇਸ ਸੰਘਰਸ਼ ਨੂੰ ਅਸੀਂ ਹਿੰਸਕ ਨਹੀਂ ਹੋਣ ਦੇਣਾ। ਜਿਹੜੇ ਉਹਨਾਂ ਦੇ ਮਨਸੂਬੇ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ। ਇੱਕ ਤੋਂ ਲੈ ਕੇ ਦੋ ਤੱਕ ਜਾਗਦੇ ਰਹੋ, ਗੱਲਾਂ ਬਾਤਾਂ ਕਰਦੇ ਰਹੋ ਤਾਂ ਕਿ ਨੀਂਦ ਨਾ ਆਵੇ। ਆਸੇ ਪਾਸੇ ਵੀ ਧਿਆਨ ਰੱਖੋ। ਤੁਸੀਂ ਇਹ ਸਮਝੋ ਕਿ ਅਸੀਂ ਸਾਰੇ ਹੀ ਆਗੂ ਹਾਂ। ਇਹ ਜਿੱਥੇ 42 ਜਥੇਬੰਦੀਆਂ ਨੇ ਤੁਸੀਂ ਉਹ 42 ਦਾ ਇੱਕ ਇੱਕ ਹਿੱਸਾ ਬਣੋ। ਮੇਰੇ ਤੋਂ ਪਹਿਲਾਂ ਕਈ ਦਿਨਾਂ ਤੋਂ ਲਗਾਤਾਰ ਆਪਾਂ ਮਹੀਨੇ ਤੋਂ ਉੱਤੇ ਹੋ ਗਿਆ ਇਸ ਸਟੇਜ ਚੱਲਦੀ ਨੂੰ ਤੇ ਜਿਹੜੇ ਇਹ ਕਾਲੇ ਕਾਨੂੰਨ ਨਾ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਇਹਨਾਂ ਨੂੰ ਵਾਪਸ ਕਰਾਉਣ ਲਈ ਅਤੇ MSP ਪੂਰੇ ਭਾਰਤ 'ਚ ਲਾਗੂ ਕਰਾਉਣ ਲਈ। ਉਹਦੇ ਸੰਬੰਧ ਵਿੱਚ ਬਹੁਤ ਸਾਰੇ ਵਿਦਵਾਨਾਂ ਤੋਂ ਬੁਲਾਰਿਆਂ ਤੋਂ ਆਪ ਜੀਆਂ ਨੇ ਬਹੁਤ ਕੁਝ ਸੁਣਿਆ ਔਰ ਸੁਣਾਇਆ ਜਾ ਰਿਹਾ ਜੇ ਪਤਾ ਨਹੀਂ ਕਿੰਨੇ ਦਿਨ ਜਾਂ ਕਿੰਨਾ ਸਮਾਂ ਮਹੀਨਿਆਂ ਬਧੀ ਇਹ ਸੰਘਰਸ਼ ਚੱਲ ਸਕਦਾ ਕਿਉਂਕਿ ਜਿਸ ਸਰਕਾਰ ਦੇ ਨਾਲ ਸਾਡੀ ਲੜਾਈ ਹੈ ਜਿਨ੍ਹਾਂ ਤੋਂ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਉਹ ਬਹੁਤ ਹੀ ਅੜੀਅਲ ਸੁਭਾਅ ਅਤੇ ਜਿੱਦੀ ਲੋਕ ਹਨ। ਉਹਨਾਂ ਦੇ ਮਨਸੂਬੇ ਬਹੁਤ ਹੀ ਖਤਰਨਾਕ ਹਨ ਜਿਨ੍ਹਾਂ ਨੂੰ ਇਸ ਸੰਘਰਸ਼ ਦੇ ਕਾਰਨ ਜੇਕਰ ਇੱਥੇ ਉਹ ਮੰਗਾਂ ਮੰਨਦੇ ਨੇ ਤਾਂ ਅੱਗੇ ਉਹਨਾਂ ਦੇ ਮਨਸੂਬੇ ਉਹ ਘੜੇ ਘੜਾਏ ਰਹਿ ਜਾਂਦੇ ਨੇ ਜਿਸ ਕਰਕੇ ਉਹ ਸਾਡੀਆਂ ਇਹ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਪ੍ਰਵਾਨ ਕਰਨ ਲਈ ਬਹੁਤ ਦੇਰ ਲਾ ਰਹੇ ਨੇ। ਮੈਂ ਤੁਹਾਡੇ ਨਾਲ ਬੇਨਤੀ ਕਰ ਰਹੀ ਹਾਂ ਕਿ ਇਸ ਸੰਘਰਸ਼ ਨੂੰ ਮੌਜੂਦਾ ਸਰਕਾਰ ਅਤੇ ਇਹਦੀਆਂ ਏਜੰਸੀਆਂ ਵੱਲੋਂ ਕਿਸ ਤਰ੍ਹਾਂ ਤਾਰ ਪੀਡੋ ਕੀਤਾ ਜਾ ਰਿਹਾ। ਮੈਂ ਸੁਚੇਤ ਕਰ ਰਿਹਾ ਜਿਹੜੇ ਵੀਰ ਇੱਥੇ ਰਾਤ ਨੂੰ ਆਪੋ ਆਪਣੀਆਂ ਟਰਾਲੀਆਂ ਵਿੱਚ ਜਾਂ ਟੈਂਟਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਬੇਨਤੀ ਕਰਨੀ ਆ ਕਿ ਉਹ ਸੁਚੇਤ ਰਹਿਣ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਲੰਬੇ ਸਮੇਂ ਤੋਂ ਲੈ ਕੇ ਅਸੀਂ ਹੁਣ ਤੱਕ ਜਿਹੜੇ ਸਰਕਾਰ ਦੇ ਮਨਸੂਬੇ ਜੋ ਉਹਨਾਂ ਦੀ ਨੀਅਤ ਤੇ ਨੀਤੀ ਜਿਹਦੇ ਤਹਿਤ ਉਹ ਇਸ ਸੰਘਰਸ਼ ਨੂੰ ਤਾਰ ਬੀਟੋ ਕਰਨਾ ਚਾਹੁੰਦੇ ਆ ਜਿਵੇਂ ਕਿ ਉਹਨਾਂ ਵੱਲੋਂ ਲੜਕੇ ਅਤੇ ਲੜਕੀਆਂ ਨੂੰ ਇਹਦੇ ਵਿੱਚ ਭੇਜਿਆ ਜਾ ਰਿਹਾ। ਇੱਥੇ ਸ਼ਰਾਬ ਵੀ ਲੈ ਕੇ ਪੁਲਿਸ ਮੁਲਾਜ਼ਮ ਜਿਹੜੇ ਸੀ ਮੋਟਰਸਾਈਕਲਾਂ ਤੇ ਆਏ ਪਰ ਭੱਜ ਗਏ। ਉਸ ਤੋਂ ਬਾਅਦ ਵੀ ਹਰ ਰੋਜ਼ ਇਸ ਤਰ੍ਹਾਂ ਦੇ ਉਹਨਾਂ ਵੱਲੋਂ ਕਾਰਨਾਮੇ ਕੀਤੇ ਜਾਂਦੇ ਹਨ। ਪਰਸੋਂ ਦੀ ਗੱਲ ਹੈ, ਪਰਸੋਂ ਸ਼ਾਮ ਨੂੰ ਇੱਕ ਰਾਮ ਪ੍ਰਕਾਸ਼ ਪੁੱਤਰ ਵਾਸਦੇਵ ਜੋ ਕਿ ਆਪਣੇ ਆਪ ਨੂੰ ਗੋਰਖਪੁਰ ਦਾ ਨਿਵਾਸੀ ਦੱਸਦਾ ਉਹਦੇ ਸੰਬੰਧ ਕਿਹਦੇ ਕਿਹਦੇ ਨਾਲ ਹਨ ਉਹ ਬਹੁਤ ਵੱਡੀ ਗੱਲ ਹੈ, ਬਹੁਤ ਹੀ ਗੁੰਝਲਦਾਰ ਹੈ ਅਤੇ ਸੁਚੇਤ ਹੋਣ ਵਾਲੀ ਹੈ ਕਿਉਂਕਿ ਉਹਨਾਂ ਲੋਕਾਂ ਦੇ ਜਿਹੜੇ ਮਨਸੂਬੇ ਨੇ ਉਹ ਬਹੁਤ ਹੀ ਦੂਰ ਅੰਦੇਸ਼ੀ ਨਾਲ ਚੱਲਦੇ ਹੋਏ ਸਾਡੇ ਇਸ ਸੰਘਰਸ਼ ਨੂੰ ਤਾਰ ਪੀਡੋ ਕਰਨਾ ਚਾਹੁੰਦੇ ਨੇ। ਮੈਂ ਬੇਨਤੀ ਕਰਾਂ ਕਿ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਮੇਰਾ ਇੱਕੋ ਇੱਕ ਜਿਹੜਾ ਹੈ ਉਹ ਕਹਿਣਾ ਹੈ ਕਿ ਇਹ ਜਿੰਨੇ ਵੀ ਜਿਸ ਤਰ੍ਹਾਂ ਕਿ ਭਾਰਤ ਪਾਕਿਸਤਾਨ ਦਾ ਬਟਵਾਰਾ ਹੋ ਗਿਆ ਉਸ ਤੋਂ ਬਾਅਦ ਦੇਸ਼ ਦੇ ਵੱਖ ਵੱਖ ਸੂਬਿਆਂ ਵੱਲੋਂ ਆਪੋ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਵੱਲੋਂ ਐਜੀਟੇਸ਼ਨ ਕੀਤੇ ਗਏ।
इसे तरह पंजाब ने भी जड़े सी एजिटेशन कीते, लेकिन पंजाब दे आ मैं बेनती करा कि एम्बूलेंस आ रही है ते जड़े वीर आ रस्ते च ने इस एम्बूलेंस नू रस्ता दे दियो। आ मेरे वीरो एम्बूलेंस की आवाज सुन रहा करो, एम्बूलेंस नू रस्ता जल्दी तो जल्दी दे दियो। आ सारे जड़े खलोते ने आ सज्जे बन्ने खलोते आ रस्ता दे दियो। सो हर सूबे वालों जड़े सी एजिटेशन कीते रहे, लेकिन पंजाब वालों जिन्हें भी एजिटेशन होए उन्हां सारे एजिटेशनां नूं समय समय दीआं केंद्री सरकारां ते केंद्री एजेंसियां ने उन्हां नूं हिंसक रूप दे के उन्हां नूं फेल करन दी कोशिश कीती। ते मेरा इहो कहना सी कि इह जिहड़ा एजिटेशन है किते इस एजिटेशन नूं भी इस तरह दा रूप ना दित्ता जावे। पर केंद्र सरकार वालों ਉਹ ਆਪਣੀਆਂ ਸਾਜ਼ਿਸ਼ਾਂ ਤੋਂ ਬਾਜ ਨਹੀਂ ਆ ਰਹੇ। ਜੋ ਪਰਸੋਂ ਆਦਮੀ ਪੜਿਆ ਗਿਆ ਹੈ, ਉਸ ਆਦਮੀ ਨੇ ਜੋ ਸਨਸਨੀਖੇਜ ਖੁਲਾਸੇ ਕੀਤੇ ਨੇ ਉਹਦੇ ਸੰਬੰਧ ਵਿੱਚ ਮੈਂ ਰਿਕਾਰਡਿੰਗ ਵੀ ਕੀਤੀ ਹੈ ਔਰ ਪੁਲਿਸ ਨੂੰ ਇਹ ਦਰਖਾਸਤ ਵੀ ਜਿਹੜੀ ਦੇ ਚੁੱਕੇ ਹਾਂ ਔਰ ਕੱਲ ਇਸ ਦੇ ਸੰਬੰਧ ਵਿੱਚ ਲੀਡਰ ਸਾਹਿਬਾਨ ਜਿਹੜੇ ਨੇ ਅਸੀਂ ਸਾਰੇ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ, ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ, ਸ੍ਰੀ ਦਰਸ਼ਨਪਾਲ ਜੀ ਅਤੇ ਜਗਮੋਹਨ ਸਿੰਘ ਜੀ, ਅਸੀਂ ਸਾਰੇ ਕੱਲ ਪੁਲਿਸ ਅਫਸਰ ਸਾਹਿਬਾਨਾਂ ਨੂੰ ਮਿਲੇ ਹਾਂ ਔਰ ਉਹਨਾਂ ਨੂੰ ਦੱਸਿਆ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਇਸ ਤਰ੍ਹਾਂ ਇੱਥੇ ਆ ਰਹੇ ਆ ਅਤੇ ਜਿਨ੍ਹਾਂ ਨੂੰ ਅਸੀਂ ਫੜਾ ਰਹੇ ਹਾਂ ਉਹਨਾਂ ਦੇ ਸੰਬੰਧ ਵਿੱਚ ਬਣਦੀ ਸਹੀ ਕਾਰਵਾਈ ਨਹੀਂ ਕੀਤੀ ਜਾ ਰਹੀ। ਔਰ ਅੱਜ ਵੀ ਮੇਰੇ ਵੱਲੋਂ ਜਿਹੜੀਆਂ ਨੇ ਐਪਲੀਕੇਸ਼ਨਾਂ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਤੋਂ ਲੈ ਕੇ ਸੁਪਰੀਮ ਕੋਰਟ ਰਾਸ਼ਟਰਪਤੀ ਤੱਕ ਉਹ ਐਪਲੀਕੇਸ਼ਨਾਂ ਪਿਛਲੇ ਕੇਸਾਂ ਦੇ ਸੰਬੰਧ ਵਿੱਚ ਮੇਲਾ ਕੀਤੀਆਂ ਗਈਆਂ ਹਨ। ਅਰੇ ਅਸੀਂ ਸਮੇਂ ਸਮੇਂ ਇਹ ਪੁਲਿਸ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਸਮੇਂ ਸਮੇਂ ਦੱਸ ਰਹੇ ਹਾਂ, ਪਰ ਅਜੇ ਤੱਕ ਇਹਨਾਂ ਤੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ, ਜਿਸ ਕਰਕੇ ਸਮੁੱਚੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ, ਖਾਸ ਕਰਕੇ ਨੌਜਵਾਨ ਵਰਗ ਜਿਹੜੇ ਟਰਾਲੀਆਂ ਦੇ ਵਿੱਚ ਵੀਰ ਨੇ, ਹਰ ਟਰਾਲੀ ਵਾਲਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਆਪੋ ਆਪਣੀ ਟਰਾਲੀ ਦੇ ਵਿੱਚ ਇੱਕ ਦੋ ਤੋਂ ਬੰਦੀ ਦੇ ਇੱਕ ਤੋਂ ਲੈ ਕੇ ਦੋ ਤੱਕ ਜਾਗਦੇ ਰਹੋ, ਗੱਲਾਂ ਬਾਤਾਂ ਕਰਦੇ ਰਹੋ ਤਾਂ ਕਿ ਨੀਂਦ ਨਾ ਆਵੇ, ਆਸੇ ਪਾਸੇ ਵੀ ਧਿਆਨ ਰੱਖੋ। ਜਿਹੜੇ ਨੌਜਵਾਨ ਸਾਡੇ ਵਲੰਟੀਅਰ ਰਾਤ ਨੂੰ ਪਹਿਰਾ ਦਿੰਦੇ ਨੇ ਉਹ ਬਹੁਤ ਹੀ ਤਨਦੇਹੀ ਨਾਲ ਪਹਿਰੇ ਦੇ ਰਹੇ ਨੇ, ਉਹ ਰਸਤੇ ਵੀ ਖਾਲੀ ਕਰਾ ਰਹੇ ਨੇ ਜਦੋਂ ਕਿਤੇ ਜਾਮ ਲੱਗਦਾ ਹੈ, ਜੇ ਕਿਤੇ ਉਹ ਗੜਬੜ ਹੁੰਦੀ ਹੈ ਉੱਥੇ ਵੀ ਪਹੁੰਚਦੇ ਨੇ, ਕਿਤੇ ਟੈਲੀਫੋਨ ਆਉਂਦਾ ਜੇ ਕੋਈ ਬਿਮਾਰ ਹੁੰਦਾ ਉਹਦੇ ਤੱਕ ਵੀ ਪਹੁੰਚ ਕਰਦੇ ਨੇ। ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜਿੰਨੇ ਵੀ ਲੋਕ ਇਸ ਸੰਘਰਸ਼ ਤੇ ਇੱਥੇ ਪਹੁੰਚੇ ਆ ਉਹ ਇਹ ਨਾ ਸਮਝੋ ਕਿ ਮੈਂ ਟੈਲੀਫੋਨ ਕਰਕੇ ਜਾਂ ਆ ਦੱਸ ਕੇ ਫਰਗ ਹੋ ਜਾਣਾ, ਤੁਸੀਂ ਇਹ ਸਮਝੋ ਕਿ ਅਸੀਂ ਸਾਰੇ ਹੀ ਆਗੂ ਆ। ਇਹ ਜਿੱਥੇ 42 ਜਥੇਬੰਦੀਆਂ ਨੇ ਤੁਸੀਂ ਉਹ 42 ਦਾ ਇੱਕ ਇੱਕ ਹਿੱਸਾ ਬਣੋ ਤਾਂ ਕਿ ਇਹ ਜਿਹੜੀਆਂ ਸਾਜ਼ਿਸ਼ਾਂ ਇਸ ਟਾਈਮ ਤੇ ਇਹ ਸ਼ਰਾਰਤੀ ਅਨਸਰਾਂ ਵੱਲੋਂ ਇਹ ਕੀਤੀਆਂ ਜਾ ਰਹੀਆਂ ਨੇ, ਇਹਨਾਂ ਦੇ ਪਿੱਛੇ ਕੌਣ ਆ, ਉਹਨਾਂ ਦੇ ਬਾਰੇ ਮੈਂ ਅੱਜ ਤੋਂ ਪਹਿਲਾਂ ਬਹੁਤ ਸਪਸ਼ਟ ਤੌਰ ਦੇ ਉੱਤੇ ਨਾਂ ਲੈ ਕੇ ਕਹਿ ਚੁੱਕਾ ਔਰ ਅੱਜ ਵੀ ਇਹ ਲੋਕ ਨੌਜਵਾਨਾਂ ਕੋਲ ਆਉਂਦੇ ਨੇ, ਉਹਨਾਂ ਨੂੰ ਮਕਾਨ ਪੁੱਛਦੇ ਨੇ ਕਿ ਤੁਹਾਨੂੰ ਮਕਾਨ ਦੀ ਜ਼ਰੂਰਤ ਹੈ, ਅੱਗੋਂ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਨਾਲ ਉਹ ਗੱਲਾਂ ਕਰਦੇ ਨੇ ਕਈ ਤਰ੍ਹਾਂ ਦੀਆਂ, ਤੁਹਾਨੂੰ ਆਹ ਚੀਜ਼ ਚਾਹੀਦੀ ਆ, ਆਹ ਚੀਜ਼ ਚਾਹੀਦੀ ਆ, ਔਰ ਸ਼ੱਕ ਹੋਣ ਤੇ ਉਹ ਨੌਜਵਾਨ ਸਾਡੇ ਕੋਲ ਉਹਨਾਂ ਨੂੰ ਪੁਛਾਉਂਦੇ ਆ ਔਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਉਹ ਦੱਸਦੇ ਨੇ ਉਹ ਏਡੇ ਖਤਰਨਾਕ ਉਹਨਾਂ ਦੇ ਮਨਸੂਬੇ ਨੇ, ਉਹ ਮੈਂ ਸਾਰੇ ਡਿਟੇਲ ਦੇ ਵਿੱਚ ਇੱਥੋਂ ਦੱਸ ਨਹੀਂ ਸਕਦਾ। ਇੱਕੋ ਇੱਕ ਬੇਨਤੀ ਕਰਾਂਗਾ ਕਿ ਆਓ
सारे दे सारे आपा एक एक जड़ा किसान इथे आया वो अपने आप नू वलंटियर ते आगू मने खास करके अपनिया भेणा ते बच्चियां नू भी बेनती करांगा कि तुसी भी इस किसानी संघर्ष दे विच जिथे जिथे भी तुहाडे रात नू सौण दी जगह है उथे आसे पासे लड़कियां ते भी ध्यान रखना है क्योंकि साडे कोल जो रिपोर्टां आ रहियां ने मैं एक बच्ची नू तीन वार पुलिस दे हवाले कीता जी नहीं सी करदा पर मजबूरी बस उस लड़की नू तीन वार पुलिस दे हवाले कीता सो उन्हां लोकां मैं बेनती करां कि जी नहीं सी करदा पर मजबूरी बस पराउणा पिया सिर्फ इक्को गल है मैं होर कोई लैक्चर नहीं दे रहा ना कोई होर गल कर रहा सिर्फ सावधान कर रहा कि इस मोर्चे नू असी जितना है जित प्राप्त करके जाना है तो इक्को एक तरीका है ढंग है साडा फर्ज बनना कि इस संघर्ष नू असी हिंसक नहीं होण देना जड़े उन्हां दे मनसूबे ने उन्हां नू कामयाब नहीं होण देना उन्हां दीआं साजिशां नू असी बेनकाब करना है आ पलंदा दरखास्तां दा है पर अजे तक किसे ते भी बनदी कारवाई नहीं हुंदी होई उन्हां नू 57 जां इधर उधर करके फिर छड्ड दित्ता जांदा पुलिस नू प्रशासन नू सरकार नू इस स्टेज तों इह वार्निंग दे रहे हैं कि इह संघर्ष शांतमई शुरू होया सी शांतमई रहा शांतमई रहेगा पर जे किसे किस्म दी ऐसी हरकत कीती जिदे नाल इह कोई रौला रप्पा पिया जां तुसी लाठी चार्ज करन दी कोशिश कीती जां होर कोई इत्थे कोई इस तरह दे कार्य कीते तां उहदे जिम्मेवार पुलिस प्रशासन प्रशासन ते सूबा सरकार ते केंद्र सरकार होएगी इहदे जिहड़े पड़दे ने ओह असी लगातार फास करदे आ रहे हां मीडिया राही भी लोकां तक गल्लां चाह रहियां ने सो इहनियां बेनतियां करदा तुहाडा सारिआं दा धन्नवाद करदा हां खिमां दा जात कहां बुलाओ फतेह वाहिगुरु जी का खालसा वाहिगुरु जी की फतेह।